ਕੌਰ 11 ਤੋਂ, ਅਤੇ ਠੀਕ ਅੰਮ੍ਰਿਤ ਕੌਰ ਹੀ ਬੈਠੇ ਹੁੰਦੇ ਆ। ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਿੱਖ ਰਹੇ ਆ ਸਾਰੇ, ਗੁਰਬਾਣੀ ਸਿੱਖ ਰਹੇ ਆ। ਇਹ ਜੋ ਤਾਂ ਮੇਰਾ ਇੱਕ ਟੀਚਾ ਆ, ਜਿੱਦਾਂ ਗੋਲ ਆ ਕਹਿ ਸਕਦੇ, ਹੈ ਨਾ। ਮੈਂ ਚਾਹੁੰਦਾ ਹਾਂ ਹਾਂਜੀ ਸਾਰੇ ਪੜ੍ਹੋ, ਹੈ ਨਾ, ਸਾਰੇ ਸਿੱਖੋ, ਸਾਰੇ ਜਾਣੋ, ਹੈ ਨਾ। ਆਪਾਂ ਹੁਣ ਇਹ ਕਥਾ ਕਹਾਣੀ ਆਪਾਂ ਬੜਾ ਚਿਰ ਸੁਣ ਲਈ ਆ, ਸਾਨੂੰ ਹੁਣ ਇਹਨਾਂ ਚੋਂ ਅੱਛਾ ਨਿਕਲਣ ਦੀ ਲੋੜ ਹੈ, ਅਤੇ ਆਪ ਸਾਨੂੰ ਪੜ੍ਹਨ ਦੀ ਲੋੜ ਹੈ, ਆਪ ਜਾਣਨ ਦੀ ਲੋੜ ਹੈ, ਹੈ ਨਾ। ਜਿੰਨਾ ਚਿਰ ਅਸੀਂ ਉੱਥੇ ਹਾਂਜੀ ਤੱਕ ਨਹੀਂ ਜਾਂਦੇ ਨਾ, ਅਸੀਂ ਨਹੀਂ ਕੁਛ ਸੁਣ ਸਕਦੇ, ਇਹ ਪੱਕੀ ਗੱਲ ਆ, ਹੈ ਨਾ। ਹਾਂਜੀ ਉਨਾ ਚਿਰ ਅਸੀਂ ਕਿਤੇ ਵੀ ਨਹੀਂ ਜਾ ਸਕਦੇ। ਮਾਈਕਰੋ ਮਿਊਟ ਲੱਗ ਗਿਆ ਸੀਗਾ। ਉਨਾ ਚਿਰ ਅਸੀਂ ਕਿਤੇ ਵੀ ਨਹੀਂ ਜਾ ਸਕਦੇ, ਅਤੇ ਸਾਨੂੰ ਇਹ ਪੜ੍ਹ ਕੇ ਨਾ ਜਿਉਣ ਦੀ ਲੋੜ ਹੈ ਗੁਰਬਾਣੀ। ਔਰ ਜਿੰਨਾ ਚਿਰ ਅਸੀਂ ਉਸ ਗੱਲ ਵਿੱਚ ਨਹੀਂ ਜਿਉਂਦੇ ਨਾ, ਜਿੱਦਾਂ ਏਲੀਅਨ ਨੇ ਅੱਜ ਮੈਨੂੰ ਗੱਲ ਕਹੀ, ਉਹ ਜਿੱਦਾਂ ਹੁਣ ਮੇਰੇ ਦਿਮਾਗ 'ਚ ਹੀ ਘੁੰਮ ਜਾਂਦੀ ਹੈ ਨਾ, ਸਾਨੂੰ ਆਊਟ ਆਫ ਦਾ ਬੋਕਸ ਸਾਨੂੰ ਸੋਚਣ ਦੀ ਲੋੜ ਹੈ। ਆਊਟ ਆਫ ਦਾ ਬੋਕਸ ਮੀਨ ਕਿ ਜੋ ਸਾਡੀ ਰੂਟੀਨ ਆ ਨਾ, ਉਹਦੇ ਤੋਂ ਹਟ ਕੇ ਸਾਨੂੰ ਸੋਚਣ ਦੀ ਲੋੜ ਆ। ਔਰ ਜਿੰਨਾ ਚਿਰ ਅਸੀਂ ਉਹ ਤੋਂ ਹਟ ਕੇ ਨਹੀਂ ਅਸੀਂ ਸੋਚਦੇ ਨਾ, ਉਨਾ ਚਿਰ ਅਸੀਂ ਕਿਤੇ ਜਾ ਨਹੀਂ ਸਕਦੇ। ਅਤੇ ਉਹ ਤੋਂ ਹਟ ਕੇ ਸੋਚਣਾ ਕੀ ਆ? ਗੁਰਬਾਣੀ ਨੂੰ ਪੜ੍ਹਨਾ ਅਤੇ ਉਹਨੂੰ ਜਾਣਨਾ, ਉਹਦੇ ਬਾਰੇ ਦੇਖਣਾ ਕਿ ਉਹ ਸਾਨੂੰ ਪਾਤਸ਼ਾਹ ਕਹਿ ਹੀ ਰਹੇ ਆ, ਹੈ ਨਾ, ਅਤੇ ਸਾਨੂੰ ਕਿੱਧਰ ਨੂੰ ਤੋਰ ਰਿਹਾ, ਸਾਨੂੰ ਕਾਹਦੇ ਨਾਲ ਤੋਰ ਰਹੇ ਆ, ਇਹ ਜਿੱਦਾਂ ਸਾਨੂੰ ਬਹੁਤ ਜਾਣਨ ਦੀ ਲੋੜ ਹੈ। ਅੱਜ ਪੁਰਾਣੇ ਜਿਹੜੇ ਸੀਗੇ ਸਾਥੀ ਸਿੰਘ ਥੋੜ੍ਹੇ ਜਿਹੇ ਮਿਲੇ ਸੀਗੇ, ਗੱਤਕਾ ਜਿਹੜਾ ਸਿੱਖਦੇ ਆ, ਅਤੇ ਉੱਥੇ ਅੱਜ ਗੱਲ ਇੱਦਾਂ ਚੱਲ ਪਈ ਨੀਲੇ ਬਾਣੇ ਦੀ ਨਾ, ਅਤੇ ਜੀ ਜੀ ਕਹਿੰਦੇ ਵੀ ਥੋੜ੍ਹੇ ਸਿੰਘ ਸੀਗੇ, ਉਹਨਾਂ ਨੇ ਚਿੱਟਾ ਪਾਣਾ ਪਾਇਆ ਸੀ, ਥੋੜ੍ਹੇ ਜਿਹੇ ਨੀਲੇ ਬਾਣੇ 'ਚ ਆਏ ਸੀਗੇ, ਅਤੇ ਥੋੜ੍ਹੇ ਜਿਹੇ ਜਿੱਦਾਂ ਕੇਸਰੀ ਉਹਨਾਂ ਨੇ ਪੱਗਾਂ ਬੰਨੀਆਂ ਸੀ ਨਾ, ਅਤੇ ਕਹਿੰਦੇ ਜੀ ਨੀਲਾ ਬਾਣਾ ਆ, ਅਤੇ ਇਹਦੇ ਵਿੱਚ ਤਾਂ ਅਸੀਂ ਰੋਹ ਵਿੱਚ ਰਹਿਣਾ ਹੀ ਰਹਿਣਾ ਸੀ, ਨਾ ਕਿਸੇ ਰੋਹ ਝੱਲਣਾ ਨਾ। ਪਰ ਉਹ ਫਿਰ ਗੱਲ ਜਦੋਂ ਦਸ਼ਮੇਸ਼ ਪਿਤਾ ਦੀ ਸਾਰਿਆਂ ਦੱਸੀ, ਅਤੇ ਉਹ ਸਾਰੇ ਫਿਰ ਉੱਤੇ ਬੜਾ ਖੁਸ਼ ਹੋਏ ਨਾ, ਕਿਉਂਕਿ ਅਸੀਂ ਦਸ਼ਮੇਸ਼ ਪਿਤਾ ਨੂੰ ਅਸੀਂ ਉਹਨੂੰ ਉਹਨਾਂ ਨੂੰ ਚੁਣਤਾ ਲਿਆਇਆ ਨੀਲੇ ਬਾਣੇ ਨੂੰ, ਪਰ ਅਸੀਂ ਉਹਨੂੰ ਪੜ੍ਹਿਆ ਨਹੀਂ, ਹੈ ਨਾ। ਹਾਂਜੀ ਅਤੇ ਜੋ ਉਹਨਾਂ ਨੇ ਦੱਸਿਆ ਉਹ ਸਾਨੂੰ ਅਸੀਂ ਉਹਦਾ ਢਾਲਿਆ ਨਹੀਂ। ਹਾਂਜੀ ਜਿਹੜੀ ਜਿਹੜਾ ਸਾਨੂੰ ਰੂਪ ਦਿੱਤਾ ਨਾ, ਇਹ ਤਾਂ ਰੂਪ ਤਾਂ ਹੈਗਾ ਆ ਕਿ ਜਨ ਭਾਏ ਖਾਲਸਾ ਪ੍ਰੇਮਾ ਭਗਤੀ ਜਿਹਨੇ ਜਾਣੀ, ਹੈ ਨਾ, ਜਿਹਨੇ ਪ੍ਰੇਮਾ ਭਗਤੀ ਜਾਣੀ ਆ, ਇਹ ਉਹਦਾ ਰੂਪ ਆ, ਨਾ ਕਿ ਇਹ ਸਾਨੂੰ ਐਵੇਂ ਹੀ ਹਰੇਕ